ਜਿਹੜੀਆਂ 5-6 ਡਿਸਟਿਲਰੀਆਂ ਗੈਰ ਕਾਨੂੰਨੀ ਤੌਰ 'ਤੇ ਗੈਰ ਬਿਨਾਂ ਲਾਇਸੈਂਸ ਤੋਂ ਚੱਲ ਰਹੀਆਂ ਸੀਆਂ ਉਹ ਪਕੜੀਆਂ ਗਈਆਂ ਪੰਜਾਬ 'ਚ। ਇੱਕ ਖੰਨੇ 'ਚ ਪਕੜੀ, ਪਟਿਆਲੇ 'ਚ ਦੋ ਨੇ, ਲੁਧਿਆਣੇ ਜ਼ਰੂਰ ਪਿੰਡ ਆ ਉੱਤੇ ਹੈ ਪਗਵਾੜਾ, ਯਾਨੀ 5-6 ਡਿਸਟਿਲਰੀਆਂ ਇਲੀਗਲ ਜਿਹੜੀਆਂ ਲਾਇਸੈਂਸੀ ਹੈ 16 ਡਿਸਟਿਲਰੀਆਂ ਚੱਲ ਰਹੀਆਂ ਉਹਨਾਂ ਦੀ ਗੱਲ ਨਹੀਂ ਹੈ, ਇਹ ਇਲੀਗਲ ਜਿਹੜੀ ਆ ਨਕਲੀ ਸ਼ਰਾਬ ਬਣਾ ਕੇ ਐਡੇ ਬੜੇ ਬੜੇ ਪਰ ਪਲਾਂਟ ਲੱਗਦੇ ਨੇ ਹੈਂਜੀ, ਕਨੈਕਸ਼ਨ ਵੀ ਬਿਜਲੀ ਦਾ ਮਿਲਿਆ ਬੜੇ, ਇੱਕ ਕਿੱਲੇ 'ਚ ਅੱਧੇ ਅੱਧੇ ਕਿੱਲੇ 'ਚ ਪਲਾਂਟ ਲੱਗੇ ਨੇ, ਬਿਲਡਿੰਗਾਂ ਬਣੀਆਂ। ਸਵਾਲ ਹੈ ਵੀ ਬਿਲਡਿੰਗਾਂ ਬਣਾਉਣ ਵਾਲਾ ਕੌਣ ਹੈ, ਪਲਾਂਟ ਦਾ ਮਾਲਕ ਕੌਣ ਹੈ ਜੀ, ਕਿੱਥੋਂ ਪਲਾਂਟ ਆਇਆ, ਉਹ ਤਾਂ ਕੋਈ ਫੜਿਆ ਨਹੀਂ। ਰਾਜ ਸਭਾ ਮੈਂਬਰ ਅਤੇ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸ਼ਮਸ਼ੇਰ ਸਿੰਘ ਦੁੱਲੋ ਨੇ ਸੂਬੇ ਵਿੱਚ ਹੋ ਰਹੇ ਨਾਜਾਇਜ਼ ਸ਼ਰਾਬ ਦੀ ਤਸਕਰੀ ਦੀ ਜਾਂਚ ਦੇ ਲਈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਚਿੱਠੀ ਲਿਖੀ ਹੈ। ਚਿੱਠੀ ਰਾਹੀਂ ਦੁੱਲੋ ਨੂੰ ਕੈਪਟਨ ਨੂੰ ਵਿਸ਼ੇਸ਼ ਜਾਂਚ ਟੀਮ ਸੈੱਟ ਦੀ ਬਜਾਏ CBI ਜਾਂ ਹਾਈਕੋਰਟ ਦੇ ਮੌਜੂਦਾ ਜੱਜ ਤੋਂ ਇਸ ਮਾਮਲੇ ਦੀ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ। ਜਿਹੜੀਆਂ 5-6 ਡਿਸਟਿਲਰੀਆਂ ਗੈਰ ਕਾਨੂੰਨੀ ਤੌਰ 'ਤੇ ਗੈਰ ਬਿਨਾਂ ਲਾਇਸੈਂਸ ਤੋਂ ਚੱਲ ਰਹੀਆਂ ਸੀਆਂ ਉਹ ਪਕੜੀਆਂ ਗਈਆਂ ਪੰਜਾਬ 'ਚ। ਇੱਕ ਖੰਨੇ 'ਚ ਪਕੜੀ, ਪਟਿਆਲੇ 'ਚ ਦੋ ਨੇ, ਲੁਧਿਆਣੇ ਜ਼ਰੂਰ ਪਿੰਡ ਆ ਉੱਤੇ ਹੈ ਪਗਵਾੜਾ, ਯਾਨੀ 5-6 ਡਿਸਟਿਲਰੀਆਂ ਇਲੀਗਲ ਜਿਹੜੀਆਂ ਲਾਇਸੈਂਸੀ ਹੈ 16 ਡਿਸਟਿਲਰੀਆਂ ਚੱਲ ਰਹੀਆਂ ਉਹਨਾਂ ਦੀ ਗੱਲ ਨਹੀਂ ਹੈ, ਇਹ ਇਲੀਗਲ ਜਿਹੜੀ ਆ ਨਕਲੀ ਸ਼ਰਾਬ ਬਣਾ ਕੇ ਐਡੇ ਬੜੇ ਬੜੇ ਪਰ ਪਲਾਂਟ ਲੱਗਦੇ ਨੇ ਹੈਂਜੀ, ਕਨੈਕਸ਼ਨ ਵੀ ਬਿਜਲੀ ਦਾ ਮਿਲਿਆ ਬੜੇ, ਇੱਕ ਕਿੱਲੇ 'ਚ ਅੱਧੇ ਅੱਧੇ ਕਿੱਲੇ 'ਚ ਪਲਾਂਟ ਲੱਗੇ ਨੇ, ਬਿਲਡਿੰਗਾਂ ਬਣੀਆਂ। ਸਵਾਲ ਹੈ ਵੀ ਬਿਲਡਿੰਗਾਂ ਬਣਾਉਣ ਵਾਲਾ ਕੌਣ ਹੈ, ਪਲਾਂਟ ਦਾ ਮਾਲਕ ਕੌਣ ਹੈ ਜੀ, ਕਿੱਥੋਂ ਪਲਾਂਟ ਆਇਆ, ਉਹ ਤਾਂ ਕੋਈ ਫੜਿਆ ਨਹੀਂ। ਔਰ ਜਦੋਂ ਵੀ ਇਹਦੇ ਵਿੱਚ ਜਿਹੜੇ ਵਿਚਾਰੇ ਜਿਹੜੇ ਪੇਸ਼ ਕੀਤੇ ਗਏ ਨੇ, ਉਹ ਮੈਂ ਸਮਝਦਾ ਕਿ ਪੋਲੀਟੀਕਲ ਲੀਡਰਾਂ ਦੇ ਜਾਂ ਪੁਲਿਸ ਦੇ ਅਫਸਰਾਂ ਦੇ ਨਜ਼ਦੀਕੀ ਬੰਦੇ ਕਈ ਪੇਸ਼ ਹੋ ਗਏ ਕਰਾਤੇ ਇਹਨਾਂ ਨੇ, ਉਹਨਾਂ ਦੇ ਘਰ ਦੀ ਹਾਲਤ ਦੇਖੋ, ਉਹਦੇ ਵਿਚਾਰੇ ਦੇ ਰੋਟੀ ਨਹੀਂ ਪੱਕਦੀ ਜਿਹੜੇ ਪੇਸ਼ ਕੀਤੇ ਨੇ। ਇੱਕ ਕੋਈ ਸਰਪੰਚ ਕਰਾਤਾ ਉੱਥੇ ਦਾ ਪੇਸ਼ ਪਟਿਆਲੇ ਕੰਨੀ ਦਾ, ਇੱਕ ਇਸੇ ਤਰ੍ਹਾਂ ਇੱਧਰ ਕਰਾਤਾ ਖੰਨੇ ਕਰਾਤਾ। ਮੇਰਾ ਭਾਵ ਹੈ ਕਿ ਇਹ ਵਿਚਾਰੇ ਤਾਂ ਉਹ ਜੋਗੇ ਹੈ ਹੀ ਨਹੀਂ, ਇਹ ਤਾਂ ਜਿਹੜੇ ਕਰੋੜਾਂ ਰੁਪਏ ਦਾ ਚੂਨਾ ਲੱਗਿਆ ਸਰਕਾਰ ਨੂੰ, ਉਹ ਪੈਸਾ ਕਿਹਨਾਂ ਦੀ ਜੇਬਾਂ 'ਚ ਜਾਂਦਾ ਰਿਹਾ, ਕੌਣ ਚਲਾਉਣ ਵਾਲਾ ਹੈ, ਕਿਵੇਂ ਪਿੰਡ ਕੌਣ ਹੈ, ਇਹ ਪਲਾਂਟ ਕਿੱਥੋਂ ਲਿਆਂਦਾ, ਕਿਹੜੇ ਸਟੇਟ 'ਚੋਂ ਆਏ ਨੇ, ਡਿਸਟਿਲਰੀਆਂ ਬਣ ਕੇ ਆਈਆਂ ਫਿਰ ਫੋਰਮੈਨ ਕਿੱਥੋਂ ਆਏ, ਚਲਾਉਣ ਵਾਲੇ ਪੇੜ ਕੀ ਕੋਈ ਹੈ, ਉਹਦੀ ਕੋਈ ਇਨਕੁਆਇਰੀ ਨਹੀਂ। 5-7 ਵਿਚਾਰੇ ਗਰੀਬ ਜਿਹੜੇ ਪਿੰਡਾਂ 'ਚ ਬੋਤਲਾਂ ਵੇਚਦੇ ਸੀ ਉਹ ਫੜ ਕੇ ਉਹਨਾਂ ਨੂੰ ਕੇਸ ਅਦਾਲਤ 'ਚ ਪੇਸ਼ ਕਰਤਾ, ਕੋਈ ਬੜਾ ਤਾਂ ਫੜਿਆ ਹੀ ਨਹੀਂ ਇਹਨਾਂ ਨੇ, ਬਿਲਕੁਲ ਨਹੀਂ ਫੜਿਆ। ਕੌਣ ਚਲਾਉਂਦਾ ਕਿਸੇ ਨੇ ਪੁੱਛਿਆ ਇਨਕੁਆਇਰੀ 'ਚ, ਉੱਥੇ ਦਾ SHO ਜਿਹੜਾ ਉਸ ਟਾਈਮ ਲੱਗਿਆ ਸੀ DSP ਇਲਾਕੇ ਦਾ SSP, ਉਹਨੂੰ ਤਾਂ ਕਿਸੇ ਨੇ ਪੁੱਛਿਆ ਨਹੀਂ, ਉਹੀ ਦੱਸ ਸਕਦਾ ਵੀ ਮੈਂ ਕਿਹਦੀ ਛਤਰ ਛਾਇਆ ਇਹ ਕੰਮ ਚਲਾਉਂਦਾ ਸੀ। ਕੋਈ ਵੀ ਜਿਹੜਾ ਕ੍ਰਾਈਮ ਹੈ ਇਲਾਕੇ ਦੇ SHO 'ਤੇ ਬਿਨਾਂ ਨਹੀਂ ਹੋ ਸਕਦਾ। ਅੱਛਾ, ਜਿਹੋ ਜਿਹੇ ਧੰਦੇ ਆਉਣੇ ਨੇ ਨਜਾਇਜ਼, ਉਹ ਲੀਡਰ ਦੇ ਬਿਨਾਂ ਨਹੀਂ ਹੁੰਦੇ ਜਿਹੜੇ ਡੋਮੀਨੇਟ ਕਰਦੇ ਨੇ, ਇਸ ਲਈ ਉਹ ਨੰਗੇ ਹੋਣ। ਕੈਪਟਨ ਸਾਹਿਬ ਨੂੰ ਇਹੀ ਬੇਨਤੀ ਕਰਦਾ ਹੈ ਕਿ ਜਿਹੜੀ SIT ਤੈਅ ਬਣਾਈ ਹੈ, ਤੁਸੀਂ ਬਣਾਈ ਹੈ ਮਹਾਰਾਜ SIT, ਮੈਂ ਤਾਂ ਹੈਰਾਨ ਹੈ, ਅਫਸਰਾਂ ਦੀ SIT ਬਣਦੀ ਦੇਖੀ ਹੈ ਸਰਕਾਰਾਂ ਦੇ ਵਿੱਚ, ਇਹ ਪੋਲੀਟੀਸ਼ੀਅਨਾਂ ਦੀ SIT ਬਣਾ ਤੀ, ਉਹਦਾ ਇੱਕ ਮੰਤਰੀ ਚੇਅਰਮੈਨ ਲਾਤਾ, ਹੈਰਾਨੀ ਦੀ ਗੱਲ ਹੈ। ਔਰ ਜੇ ਉਹ ਚੇਅਰਮੈਨ ਵੀ ਉਹ ਹੈ ਜਿਹੜਾ ਆਪ ਕਿਸੇ ਟਾਈਮ ਸ਼ਰਾਬ ਦਾ ਠੇਕੇਦਾਰ ਹੈ, ਕੀ ਇਨਸਾਫ ਮਿਲੇਗਾ। ਇਹ ਲੋਕਾਂ ਦੇ ਅੱਖਾਂ ਇਹਨੂੰ ਪਰਦਾ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜਿੰਨੀਆਂ SIT ਅੱਗੇ ਬਣੀਆਂ, ਬੇਅਦਬੀ ਦਾ ਮਾਮਲਾ, ਹੋਰ SIT ਕਈ ਬਣੀਆਂ ਨੇ, ਉਹਦੇ 'ਚ ਨਿਕਲਿਆ ਕੀ ਹੈ, ਕੁਛ ਨਹੀਂ ਹੋਇਆ। ਜਿਹੜੇ ਸਟੇਜਾਂ 'ਤੇ ਕਹਿੰਦੇ ਤੇ ਬੇਅਦਬੀ ਵਾਲਿਆਂ ਨੂੰ ਅਸੀਂ ਜੇਲ੍ਹਾਂ 'ਚ ਤੁਰਨ ਦਾਂਗੇ, ਕਿਹੜਾ ਤੁਰਨਿਆ ਵੀ ਮੈਨੂੰ ਦੱਸ ਦਿਉ, ਕਿੰਨੇ ਕੁ ਫੜੇ ਨੇ, ਕੋਈ ਨਹੀਂ ਫੜਿਆ। ਜਿਹੜੇ ਇਸ ਕੌਨਸਪੀਰੇਸੀ ਦੇ ਵਿੱਚ ਤੇ ਬਹਿਬਲ ਕਰਾਂਦੇ ਬੇਅਦਬੀ 'ਚ, ਔਰ ਸ਼ਰਾਬ ਮਾਫੀਆ ਜਿਹੜਾ ਹੈ ਕਿਹੜਾ ਫੜਿਆ। ਆ ਵਿਚਾਰੇ ਲੁਧਿਆਣੇ ਵੀ ਗਰੀਬ, ਇੱਥੇ ਵੀ ਗਰੀਬ, ਪਟਿਆਲੇ ਵੀ ਗਰੀਬ ਆਦਮੀ ਜਿਹੜੇ ਕਰਿੰਦੇ ਨੇ ਵਿਚਾਰੇ ਕੰਮ ਕਰਦੇ, ਟਰੱਕ ਫੜੇ ਗਏ, ਗੱਡੀਆਂ ਫੜੀਆਂ ਗਈਆਂ, ਹੋਰ ਫੜੇ ਗਏ, ਬੋਤਲਾਂ ਫੜੀਆਂ, ਲੇਬਲ ਫੜੇ ਗਏ ਨਕਲੀ ਸ਼ਰਾਬ ਬਣਾਉਂਦੇ, ਕੋਈ ਫੜਿਆ।